ਆਰਿਏ ਦਿੱਲੀ ਸਪੈਸ਼ਲ ਸੈੱਲ ਦੀ ਵੱਡੀ ਕਾਰਵਾਈ ਬੀਤੀ ਰਾਤ ਵੇਖਣ ਨੂੰ ਮਿਲੀ ਗੈਂਗਸਟਰਸ ਖਿਲਾਫ ਦਿੱਲੀ ਸਪੈਸ਼ਲ ਸੈੱਲ ਦਾ ਵੱਡਾ ਐਕਸ਼ਨ ਜਤਿੰਦਰ ਗੋਗੀ ਗਰੁੱਪ ਦਾ ਗੁਰਗਾ ਗ੍ਰਫਤਾਰ ਕਰਨ ਜਾਂਦੀ ਹੈ ਪੁਲਿਸ اور ਸਵਿਚਕਾਰ ਦੋਨਾਂ ਤੇਰਾ ਵਿੱਚ ਗੋਲੀਬਾਰੀ ਹੁੰਦੀ ਹੈ ਜਿਸ ਵਿੱਚਕਾਰ ਇਹ ਗੈਂਗਸਟਰ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਗਿਆ ਜਤਿੰਦਰ ਗੋਗੀ ਗਰੁੱਪ ਜੋ ਕਿ ਲਾਰੈਂਸ ਬਿਸ਼ਨੋਈ ਗਰੁੱਪ ਦਾ ਸਾਥੀ ਦੱਸਿਆ ਜਾਂਦਾ ਹੈ ਇਸ ਦਾ ਗੁਰਗਾ ਕਾਫੀ ਚਿਰ ਤੋਂ ਕਈ ਕੇਸਿਸ ਦੇ ਵਿੱਚ ਵਾਂਟਡ ਦੱਸਿਆ ਜਾ ਰਿਹਾ ਸੀ ਪੁਲਿਸ ਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਸੇ ठा ਜਾ ਰਹੇ ਉਸ ਵਕਤ ਪੁਲਿਸ ਉੱਥੇ ਪਹੁੰਚਦੀ ਹੈ ਮੌਕੇ ਤੇ ਘੇਰਾ ਪਾਇਆ ਜਾਂਦਾ ਹੈ ਯੰਗਸਟਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਗੈਂਗਸਟਰ ਆਪਣੇ ਬਚਾਅ ਦੇ ਵਿੱਚ ਫਾਇਰਿੰਗ ਕਰਦਾ ਹੈ ਪੁਲਿਸ ਵੱਲੋਂ ਫਾਇਰਿੰਗ ਕੀਤੀ ਜਾਂਦੀ ਇਸ ਵਿੱਚਕਾਰ ਗੈਂਗਸਟਰ ਜ਼ਖਮੀ ਦੱਸਿਆ ਜਾ ਰਿਹਾ ਹੈ ਔਰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਵੀ ਦਿੱਲੀ ਪੁਲਿਸ ਨੇ ਅਹਿਮ ਭੂਮਿਕਾ ਨਿਭਾਈ ਵੱਡੇ ਵੱਡੇ ਗੈਂਗਸਟਰਸ ਨੂੰ ਸ਼ੂਟਰਸ ਨੂੰ ਪੁਲਿਸ ਨੇ ਕਾਬੂ ਕੀਤਾ ਔਰ ਗੈਂਗਸਟਰਸ ਖਿਲਾਫ ਦਿੱਲੀ ਪੁਲਿਸ ਦਾ ਵੱਡਾ ਐਕਸ਼ਨ ਵੇਖਣ ਨੂੰ ਲਗਾਤਾਰ ਮਿਲ ਰਿਹਾ ਹੈ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਦੀ ਟੀਮ ਨੇ ਬੀਤੀ ਰਾਤ ਜਤਿੰਦਰ ਗੋਗੀ ਗਰੁੱਪ ਦਾ ਇੱਕ ਗੁਰਗਾ ਕਾਬੂ ਕੀਤਾ ਹੈ ਦੋਵਾਂ ਵਿਚਕਾਰ ਗੋਲਿਆ ਚਲਿਆ ਨੇ ਜਿਸਵਿਚਕਾਰੀ ਗੈਂਗਸਟਰ ਜ਼ਖਮੀ ਦਸਿਆ ਜਾ ਰਿਹਾ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਮੋਟਰਸਾਈਕਲ ਤੇ ਸਵਾਰ ਹੋ ਕੇ ਗੈਂਗਸਟਰ ਕਿਤੇ ਜਾ ਰਿਹਾ ਸੀ ਹਾਲਾਂਕਿ ਇਸ ਦਾ ਨਾਮ ਕੀ ਹੈ ਪੁਲਿਸ ਨੇ ਜਨਤਕ ਨਹੀਂ ਕੀਤਾ ਪਰ ਪੁਲਿਸ ਵੱਲੋਂ ਇਸ ਨੂੰ ਲੈ ਕੇ ਵੱਡੇ ਖੁਲਾਸੇ ਹੋ ਸਕਦੇ ਨੇ ਪ੍ਰੈਸ ਵਾਰਤਾ ਵੀ ਇਸ ਮਾਮਲੇ ਨੂੰ ਲੈ ਕੇ ਜਲਦ ਕੀਤੀ ਜਾ ਸਕਦੀ ਔਰ ਕਿਹੜੇ-ਕਿਹੜੇ ਕੇਸਿਸ ਦੇ ਵਿੱਚ ਵਾਂਟਡ ਸੀ ਇਹ ਗੁਰਗਾ ਜਿਸ ਦੀ ਭਾਲ ਪੁਲਿਸ ਕਰ ਰਹੀ ਸੀ ਔਰ ਕੱਲ੍ਹ ਜਦੋਂ ਪੁਲਿਸ ਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਤੇ ਚੱਲਿਆ ਤਾਂ ਪੁਲਿਸ ਵੱਲੋਂ ਇਸ ਗੈਂਗਸਟਰ ਨੂੰ ਕਾਬੂ ਕੀਤਾ ਜਾਂਦਾ ਹੈ ਠੇਰਾ ਪਾਇਆ ਜਾਂਦਾ ਜਤਿੰਦਰ ਗੋਗੀ ਗਰੁੱਪ ਜੋ ਕਿ ਦਿੱਲੀ ਲੈਕ ਨਾਮੀ ਗੈਂਗਸਟਰ ਗਰੁੱਪ ਦੱਸਿਆ ਜਾ ਰਿਹਾ ਹੈ ਲਾਰੈਂਸ ਬਿਸ਼ਨੋਈ ਗੈਂਗ ਦਾ ਸਾਥੀ ਔਰ ਦਿੱਲੀ ਦੇ ਵਿੱਚ ਮਿਲ ਕੇ ਦੋਵੇਂ ਵੱਡੇ ਐਕਸ਼ਨ ਵੀ ਕਰ ਰਹੇ ਸੀ ਦੋਵੇਂ ਗਰੁੱਪਸ ਵੱਲੋਂ ਵੱਡੇ ਐਕਸ਼ਨ ਕੀਤੇ ਜਾ ਰਹੇ ਸੀ ਔਰ ਗੈਂਗਸਟਰਵਾਦ ਦੇ ਖਿਲਾਫ ਗੈਂਗਸਟਰਜ਼ ਦੇ ਖਿਲਾਫ ਕਿਸ ਤਰ੍ਹਾਂ ਦਿੱਲੀ ਦੀ ਸਪੈਸ਼ਲ ਸੈਲ ਟੀਮ ਕੰਮ ਕਰ ਰਹੀ ਹੈ ਲਗਾਤਾਰ ਇਸ ਦੀ ਚਰਚਾ ਹੋ ਰਹੀ ਹੈ ਤਾਂ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਵੀ ਕਈ ਨਾਮੀ ਸ਼ੂਟਰਸ ਔਰ ਗੈਂਗਸਟਰਜ਼ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਨੇ ਕਾਬੂ ਕੀਤਾ ਔਰ ਹੁਣ ਵੀ ਬਾਕੀ ਕਿੱਸਾ ਦੇ ਵਿੱਚ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਦੀ ਟੀਮ ਲਗਾਤਾਰ ਕੰਮ ਕਰਦੀ ਨਜ਼ਰ ਆ ਰਹੀ ਔਰ ਬੀਤੀ ਰਾਤ ਜਤਿੰਦਰ ਗੋਗੀ ਗਰੁੱਪ ਜੋ ਕਿ ਦਿੱਲੀ ਦਾ ਇੱਕ ਨਾਮੀ ਗਰੁੱਪ ਦੱਸਿਆ ਜਾ ਰਿਹਾ ਹੈ ਰੋहिणी ਨਗਰ ਦਾ ਰੈਨ ਵਾਲਾ ਦੱਸਿਆ ਜਾ ਰਿਹਾ ਜਿੱਥੇ ਐਕਸ਼ਨ ਕਰਦਾ ਨਜ਼ਰ ਆਂਦਾ ਹੈ ਗਰੁੱਪ ਔਰ ਲਾਰੈਂਸ ਬਿਸ਼ਨੋਈ ਗਰੁੱਪ ਦਾ ਸਾਥੀ ਵੀ ਦੱਸਿਆ ਜਾ ਰਿਹਾ ਕਈ ਦੋਵੇਂ ਮਿਲ ਕੇ ਕਈ ਵਾਰਦਾਤਾਂ ਨੂੰ ਅੰਜਾਮ ਵੀ ਦੇ ਚੁੱਕੇ ਨੇ ਜਿਸ ਤਰ੍ਹਾਂ ਮੀਡੀਆ ਰਿਪੋਰਟ ਸਾਹਮਣੇ ਆਈ ਹੈ ਔਰ ਹੁਣ ਦੱਸਿਆ ਜਾ ਰਿਹਾ ਕਿ ਬੀਤੀ ਰਾਤ ਇਸ ਗਰੁੱਪ ਦਾ ਇੱਕ ਗੁਰਗਾ ਪੁਲਿਸ ਨੇ ਕਾਬੂ ਕੀਤਾ ਹੈ ਗੋਲਾਬਾਰੀ ਹੋਈ ਦੋਨੋਂ ਤੇ ਰਾਹ ਦੇ ਵਿਚਕਾਰ ਔਰ ਜਿਸ ਵਕਤ ਇਸ ਗੈਂਗਸਟਰ ਦੀ ਗੋਲੀ ਲੱਗੀ ਹੈ ਇੱਕ ਗੈਂਗਸਟਰ ਜ਼ਖਮੀ ਦੱਸਿਆ ਜਾ ਰਿਹਾ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਪਿਸਤੌਲ ਵੀ ਮਿਲੀ ਉਹ ਵੀ ਤੁਹਾਨੂੰ ਦਿਖਾ ਰਹੇ ਹਨ ਮੋਟਰਸਾਈਕਲ ਅਤੇ ਸਵਾਰ ਹੋ ਕੇ ਕਿਤੇ ਜਾ ਰਿਹਾ ਸੀ ਪੁਲਿਸ ਨੂੰ ਇਨਫੋਰਮੇਸ਼ਨ ਮਿਲਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਕਈ ਕੇਸਾਂ ਦੇ ਵਿੱਚ ਵਾਂਟਡ ਦੱਸਿਆ ਜਾ ਰਿਹਾ ਹੈ ਗੈਂਗਸਟਰ ਅਮੀਡੀਆ ਰਿਪੋਰਟਸ ਮੁਤਾਬਕ ਹੈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦਿੱਲੀ ਪੁਲਿਸ ਸਪੈਸ਼ਲ ਸੈੱਲ ਦੀ ਵੱਡੀ ਕਾਰਵਾਈ ਗੈਂਗਸਟਰ ਬਾਦ ਦੇ ਖਿਲਾਫ ਜਿਸ ਤਰ੍ਹਾਂ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਲੈਂਦੀ ਨਜ਼ਰ ਆ ਰਹੀ ਹੈ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਵੀ ਇਸ ਵਕਤ ਐਕਟਿਵ ਨਜ਼ਰ ਆ ਰਹੀ ਹੈ اور ਵੱਡਾ ਐਕਸ਼ਨ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਪੰਜਾਬ ਦੇ ਵਿੱਚ ਵੱਡਾ ਐਕਸ਼ਨ ਦਿਖਾਉਂਦੇ ਹੋਏ ਇੱਕ ਵੱਡੀ ਸਫਲਤਾ ਮਿਲਦੀ ਹੈ ਦੋ ਗੈਂਗਸਟਰਸ ਦਾ ਇਨਕਾਊਂਟਰ ਹੁੰਦਾ ਹੈ ਪੰਜਾਬ ਦੇ ਅੰਮ੍ਰਿਤਸਰ ਦੇ ਪਿੰਡ ਪਖਨਾ ਦੇ ਵਿੱਚ ਦੋਵੇਂ ਗੈਂਗਸਟਰ ਗੈਂਗਸਟਰ ਮਨਪ੍ਰੀਤ ਮਨੂ ਪੁੱਸਾ ਔਰ ਗੈਂਗਸਟਰ ਜਗਰੂਪ ਰੂਪਾ ਜੋ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਵਾਂਟਡ ਸੀ ਮੁੱਖ ਸ਼ਾਪ ਸ਼ੂਟਰ ਵੀ ਦੱਸੇ ਜਾ ਰਹੇ ਸੀ ਇਸ ਕਤਲ ਕੇਸ ਦੇ ਵਿੱਚ ਇਹਨਾਂ ਦੋਵਾਂ ਦੀ ਅਹਿਮ ਭੂਮਿਕਾ ਸੀ ਪੁਲਿਸ ਨੇ ਅੰਮ੍ਰਿਤਸਰ ਦੇ ਪਿੰਡ ਪਖਨਾ ਦੇ ਵਿੱਚ ਇਹਨਾਂ ਨੂੰ ਕਾਬੂ ਕੀਤਾ ਔਰ ਇਨਕਾਊਂਟਰ ਦੌਰਾਨ ਢੇਰੀ ਕਰ ਦਿੱਤਾ ਜਿਸ ਤੋਂ ਬਾਅਦ ਵੱਡੀ ਸਫਲਤਾ ਮਿਲੀ ਔਰ ਸ਼ਲਾਘਾ ਵੀ ਕੀਤੀ ਗਈ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਹਰ ਪਾਸੇ ਔਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਲਗਾਤਾਰ ਅਹਿਮ ਕਦਮ ਚੱਕਦੀ ਨਜ਼ਰ ਆ ਰਹੀ ਔਰ ਦੱਸਿਆ ਜਾ ਰਿਹਾ ਹੈ ਮੀਡੀਆ ਰਿਪੋਰਟਸ ਮੁਤਾਬਕ ਕਿ ਬੀਤੇ ਦਿਨੀ ਜਤਿੰਦਰ ਗੋਗੀ ਗਰੁੱਪ ਜੋ ਕਿ ਦਿੱਲੀ ਦਾ ਨਾਮੀ ਗੈਂਗਸਟਰ ਗਰੁੱਪ ਬਣਿਆ ਜਾਂਦਾ ਹੈ ਉਸ ਦਾ ਗੁਰਗਾ ਜੋ ਵਾਂਟਡ ਸੀ ਪੁਲਿਸ ਨੇ ਉਸ ਨੂੰ ਕਾਬੂ ਕੀਤਾ ਹੈ ਦੋਮਾ ਤੇਰਾ ਵਿਚਕਾਰ ਗੋਲੀਬਾਰੀ ਵੀ ਹੋਈ ਹੈ ਆਪਣੇ ਬਚਾ ਲਈ ਇਹ ਗੈਂਗਸਟਰ ਫਾਇਰਿੰਗ ਕਰਦਾ ਹੈ ਪੁਲਿਸ ਅਗੋ ਫਾਇਰਿੰਗ ਕਰਦੀ ਹੈ ਜਿਸ ਵਿਚਕਾਰ ਇਹ ਗੈਂਗਸਟਰ ਜ਼ਖਮੀ ਦੱਸਿਆ ਜਾ ਰਿਹਾ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਪੁਲਿਸ ਨੂੰ ਇਨਫੋਰਮੇਸ਼ਨ ਮਿਲਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਦੋਮਾ ਤੇਰਾ ਦੇ ਵਿਚਕਾਰ ਗੋਲੀਬਾਰੀ ਹੁੰਦੀ ਹੈ ਔਰ ਉਸ ਤੋਂ ਬਾਅਦ ਇਹ ਗੈਂਗਸਟਰ ਜ਼ਖਮੀ ਹੋ ਜਾਂਦਾ ਇਸ ਵਕਤ ਹਸਪਤਾਲ ਦੇ ਵਿੱਚ ਹੈ ਔਰ ਵੱਡੀ ਖਬਰ ਕਿ ਦਿੱਲੀ ਪੁਲਿਸ ਦੀ ਟੀਮ ਲਗਾਤਾਰ ਗੈਂਗਸਟਰਵਾਦ ਦੇ ਖਿਲਾਫ ਅਹਿਮ ਕਦਮ ਚੱਕਦੀ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬੀਤੀ ਰਾਤ ਦਿੱਲੀ ਦੇ ਵਿੱਚ ਜਿਹੀ ਸਫਲਤਾ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੂੰ ਮਿਲੀ ਹੈ